ਸੈਨਾ CIA ਸਟਾਫ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਦੋ ਵਿਅਕਤੀਆਂ ਨੂੰ ਵਿਦੇਸ਼ੀ ਮੁਦਰਾ ਸਣੇ ਕਾਬੂ ਕੀਤਾ। ਫੜੇ ਗਏ ਦੋਸ਼ੀ ਵਿਦੇਸ਼ੀ ਮੁਦਰਾ ਸੰਬੰਧਿਤ ਪੁਲਿਸ ਨੂੰ ਕੋਈ ਪੁਖਤਾ ਪ੍ਰਮਾਣ ਨਹੀਂ ਦੇ ਪਾਏ, ਜਿਸ ਦੇ ਚਲਦਿਆਂ ਪੁਲਿਸ ਨੇ ਮਾਮਲਾ ED ਦੇ ਸਪੁਰਦ ਕਰਨ ਦੀ ਗੱਲ ਕਹੀ ਹੈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਖੰਨਾ CIA ਇੰਚਾਰਜ ਹਰਵਿੰਦਰ ਸਿੰਘ ਨੇ ਦੱਸਿਆ ਕਿ ਨਾਕੇਬੰਦੀ ਦੌਰਾਨ ਇੱਕ ਕਾਰ ਨੂੰ ਸ਼ੱਕ ਦੇ ਆਧਾਰ ਉੱਤੇ ਤਲਾਸ਼ੀ ਦੇ ਦੌਰਾਨ 230 ਦਰਾਮ 43,000 ਅਮੈਰੀਕਨ ਡਾਲਰ ਬਰਾਮਦ ਕੀਤੇ ਗਏ। ਦੋਸ਼ੀ ਇਹ ਕਰੰਸੀ ਦਿੱਲੀ ਤੋਂ ਅੰਮ੍ਰਿਤਸਰ ਲੈ ਕੇ ਜਾ ਰਹੇ ਸੀ। ਅੱਜ ਸਰ ਮਾਨਯੋਗ SSP ਸਾਹਿਬ ਦੀਆਂ ਹਦਾਇਤਾਂ ਅਨੁਸਾਰ ਪ੍ਰੈਸ਼ਨ ਮਾਲ ਤੇ ਨਾਕਾਬੰਦੀ ਕੀਤੀ ਗਈ ਸੀ, ਜਿੱਥੇ ਸ਼ੱਕ ਦੀ ਬਨਾਹ ਤੇ ਦੋ ਮੋਨੇ ਨੌਜਵਾਨ ਕਾਰ ਦੇ ਆ ਰਹੇ ਸੀ, ਦਿੱਲੀ ਸਾਈਡ ਤੋਂ ਆ ਰਹੇ ਸੀਗੇ, ਜਿਨ੍ਹਾਂ ਨੂੰ ਸ਼ੱਕ ਦੀ ਬਨਾਹ ਤੇ ਰੋਕਿਆ ਗਿਆ। ਇਹਨਾਂ ਪਾਸੋਂ 230 ਗ੍ਰਾਮ ਦਰਾਮ ਫੜੇ ਗਏ ਤੇ 43,000 US ਡਾਲਰ ਫੜੇ ਗਏ। ਜਿਨ੍ਹਾਂ ਕੋਲ ਪੁਖਤਾ ਸਬੂਤ ਨਾ ਹੋਣ ਦੇ ਕਾਰਨ ਉਹਨਾਂ ਨੂੰ ਸ਼ੱਕ ਦੀ ਬਨਾਹ ਤੇ ਫੜਿਆ ਗਿਆ ਤੇ ਉਹਨਾਂ ਨੂੰ ED ਜਲੰਧਰ ਦੇ ਹਵਾਲੇ ਕੀਤਾ ਗਿਆ, ਜੋ ਅਗਲੀ ਕਾਰਵਾਈ ਅੱਗੇ ਕਰਨਗੇ। ਕਿੱਥੋਂ ਤੇ ਕਿੱਥੇ ਲੈ ਕੇ ਜਾਣਗੇ, ਕਿਵੇਂ ਪਤਾ ਲੱਗਿਆ ਜੀ ਇਹਨਾਂ ਨੇ? ਇਹ ਸਰ ਅਗਲੀ ਪੁੱਛਗਿੱਛ ਤੋਂ ਇਹਨਾਂ ਦੇ ਤੋਂ ਪਤਾ ਲੱਗਿਆ ਕਿ ਇਹ ਦਿੱਲੀ ਤੋਂ ਲੈ ਕੇ ਆਏ ਸੀ, ਟਰੈਵਲ ਏਜੰਟ ਦਾ ਕੰਮ ਕਰਦੇ ਨੇ ਕਹਿੰਦੇ, ਤੇ ਅੰਮ੍ਰਿਤਸਰ ਲੈ ਕੇ ਜਾ ਰਹੇ ਸੀਗੇ। ਕੋਈ ਡਾਕੂਮੈਂਟ ਇਹਨਾਂ ਕੋਲ ਹੈ ਨਹੀਂ? ਇਹਨਾਂ ਕੋਲ ਸਰ ਕੋਈ ਵੀ ਪੁਖਤਾ ਡਾਕੂਮੈਂਟ ਨਹੀਂ ਦਿਖਾ ਸਕੇ ਮੌਕੇ ਤੇ ਸਾਨੂੰ, ਤੇ ਹੁਣ ਅਸੀਂ ਫੋਨ ਰਾਹੀਂ ਵਾਰਤਾਲਾਪ ਕੀਤੀ ਆ ED ਡਿਪਾਰਟਮੈਂਟ ਨਾਲ ਦੀ, ਉਹਨਾਂ ਦੇ ਡਾਇਰੈਕਟਰ ਨਾਲ ਗੱਲ ਹੋ ਚੁੱਕੀ ਹੈ ਤੇ ਉਹ ਆਪਣੇ ਅੱਗੇ ਜਿਹੜੇ ਹੈਗੇ ਨੇ ਉਹਨਾਂ ਨੂੰ ਭੇਜ ਰਹੇ ਨੇ ਜੀ। ਠੀਕ ਹੈ, ਠੀਕ।